ਸਤਿ ਸ੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਯੂਟਿਊਬ ਚੈਨਲ ਨੈਚੁਰਲ ਫਾਰਮਿੰਗ KVM ਤੋਂ ਮੈਂ ਗੁਰਪ੍ਰੀਤ ਦਬਲੀ ਖਾਨਾ। ਦੋਸਤੋ, ਕੁਦਰਤੀ ਖੇਤੀ ਤਹਿਤ ਆਪਣੇ ਪਰਿਵਾਰ ਲਈ ਜ਼ਹਿਰ ਮੁਕਤ ਆਲੂ ਪੈਦਾ ਕਰਨ ਦੀ ਇੱਕ ਬਹੁਤ ਹੀ ਅਹਿਮ ਨਵੇਕਲੀ ਅਤੇ ਸਸਤੀ ਤਕਨੀਕ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਇਸ ਤਕਨੀਕ ਦੀ ਖੋਜ ਸਾਡੇ ਨੌਜਵਾਨ ਕੁਦਰਤੀ ਖੇਤੀ ਕਿਸਾਨ ਸ਼੍ਰੀ ਰਵਦੀਪ ਸਿੰਘ ਫਰਵਾਹੀ ਜ਼ਿਲ੍ਹਾ ਬਰਨਾਲਾ ਨੇ ਕੀਤੀ ਅਤੇ ਇਸ ਤਕਨੀਕ ਨੂੰ ਅਸੀਂ ਸਾਡੇ ਇੱਕ ਹੋਰ ਕੁਦਰਤੀ ਖੇਤੀ ਕਿਸਾਨ ਸੁਖਵਿੰਦਰ ਸਿੰਘ ਪੱਪੀ ਭਾਅ ਜੀ ਦੇ ਖੇਤ ਸੰਗਰੂਰ ਅਤੇ ਡੇਰਾ ਕਾਰ ਸੇਵਾ ਦੇ ਖੇਤ ਖਡੂਰ ਸਾਹਿਬ ਵਿਖੇ ਅਜਮਾਇਆ। ਇਸ ਤਕਨੀਕ ਨਾਲ ਹਰੇਕ ਕਿਸਾਨ ਅਤੇ ਹਰੇਕ ਇਨਸਾਨ ਆਪਣੇ ਪਰਿਵਾਰ ਦੀ ਲੋੜ ਦੇ ਜ਼ਹਿਰ ਮੁਕਤ ਆਲੂ ਆਪਣੇ ਘਰ ਦੇ ਵਿੱਚ ਪੈਦਾ ਕਰ ਸਕਦਾ ਅਤੇ ਉਹਦੇ ਲਈ ਉਹਨੂੰ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ। ਤੁਸੀਂ ਦੇਖ ਪਾ ਰਹੇ ਹੋਵੋਗੇ ਇਹ ਆਲੂ ਜਿਹੜੇ ਪਲੋਟ ਦੇ ਵਿੱਚ ਮੈਂ ਬੈਠਾ, ਇਹਦੇ ਵਿੱਚ ਆਲੂ ਉੱਗੇ ਹੋਏ ਆ ਅਤੇ ਥੱਲੇ ਜ਼ਮੀਨ ਦੇ ਉੱਪਰ ਪਰਾਲੀ ਵਿਛੀ ਹੋਈ ਹੈ। ਤਾਂ ਇਹ ਤਕਨੀਕ ਕੀ ਆ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਥੋੜ੍ਹੇ ਜਿਹੇ ਟਾਈਮ ਦੇ ਵਿੱਚ। ਦੋਸਤੋ, ਆਪਾਂ ਕਰਨਾ ਕੀ ਆ, ਪਹਿਲਾਂ ਜ਼ਮੀਨ ਨੂੰ ਤਿਆਰ ਕਰ ਲੈਣਾ, ਜ਼ਮੀਨ ਨੂੰ ਵਾਹ ਲੈਣਾ। ਵਾਹ ਕੇ ਜ਼ਮੀਨ ਦੇ ਉੱਪਰ ਪ੍ਰਤੀ ਮਰਲਾ 1 ਕੁਇੰਟਲ ਪੂਰੀ ਗਲੀ ਸੜੀ ਰੂੜੀ ਦੀ ਖਾਦ ਜਾਂ ਵੇਸਟ ਡੀਕੰਪੋਜ਼ਰ ਨਾਲ ਤਿਆਰ ਕੀਤੀ ਹੋਈ ਰੂੜੀ ਦੀ ਖਾਦ ਜਾਂ ਗੋਬਰ ਗੈਸ ਦੀ ਸਲਰੀ ਉਹ ਮਿਕਸ ਕਰ ਦੇਣੀ ਹੈ। ਮਿਕਸ ਕਰਨ ਤੋਂ ਬਾਅਦ ਇਸ ਪਲੋਟ ਨੂੰ ਸੁਹਾਗਾ ਮਾਰ ਦੇਣਾ। ਸੁਹਾਗਾ ਮਾਰਨ ਉਪਰੰਤ ਇਹ ਜ਼ਮੀਨ ਜਿਹੜੀ ਹੈਗੀ ਆ ਆਲੂਆਂ ਦੀ ਬਿਜਾਈ ਲਈ ਤਿਆਰ ਹੈ। ਤਾਂ ਜ਼ਮੀਨ ਦੇ ਉੱਪਰ ਲਾਈਨ ਤੋਂ ਲਾਈਨ 1 ਫੁੱਟ ਅਤੇ ਬੂਟੇ ਤੋਂ ਬੂਟਾ 1 ਗਿੱਠ ਦਾ ਫਾਸਲਾ ਦਿੰਦੇ ਹੋਏ ਆਲੂ ਰੱਖਦੇ ਜਾਓ। ਜਦੋਂ ਆਲੂ ਰੱਖਣ ਦਾ ਕੰਮ ਮੁਕੰਮਲ ਹੋ ਜਾਏ ਤਾਂ ਉਸ ਤੋਂ ਬਾਅਦ ਉਹਨਾਂ ਆਲੂਆਂ ਦੇ ਉੱਪਰ ਤੁਸੀਂ ਝੋਨੇ ਦੀ ਪਰਾਲੀ ਦੀ ਏਡੀ ਮੋਟੀ 8 ਇੰਚ 10 ਇੰਚ ਦੀ ਲੇਅਰ ਪਾ ਦੇਣੀ ਹੈ ਅਤੇ ਲੇਅਰ ਪਾਉਣ ਤੋਂ ਬਾਅਦ ਪਰਾਲੀ ਦੀ ਤੁਸੀਂ ਛੱਡ ਦੇਣਾ ਜ਼ਮੀਨ ਦੇ ਵਿੱਚ ਪਾਣੀ। ਤਾਂ ਪਾਣੀ ਪਰਾਲੀ ਦੇ ਥੱਲੇ ਥੱਲੇ ਦੀ ਪੂਰੇ ਪਲੋਟ ਦੇ ਵਿੱਚ ਚਲਾ ਜਾਏਗਾ ਅਤੇ ਉਸ ਤੋਂ ਬਾਅਦ 15-20 ਦਿਨਾਂ ਦੇ ਅੰਦਰ ਅੰਦਰ ਪਰਾਲੀ ਦੇ ਵਿੱਚੋਂ ਜਿਵੇਂ ਇਹ ਆਲੂ ਬਾਹਰ ਆਏ ਹੋਏ ਆ ਸਾਰੇ ਆਲੂ ਬਾਹਰ ਆ ਜਾਣਗੇ ਅਤੇ ਇਹਨਾਂ ਦੀ ਬਹੁਤ ਸੋਹਣੀ ਗਰੋਥ ਹੁੰਦੀ ਰਹੇਗੀ, ਵੱਧਦੇ ਫੁੱਲਦੇ ਰਹਿਣਗੇ ਅਤੇ ਇਹਨਾਂ ਦੀ ਗਰੋਥ ਨੂੰ ਤੇਜ਼ ਕਰਨ ਵਾਸਤੇ ਤੁਸੀਂ ਪਾਥੀਆਂ ਦਾ ਪਾਣੀ, ਛਾਟਰਸ ਘੋਲ, ਸਵਾਹ ਦਾ ਪਾਣੀ ਅਤੇ ਵੇਸਟ ਡੀਕੰਪੋਜ਼ਰ ਵਾਲਾ ਖਲ ਦਾ ਜਿਹੜਾ ਘੋਲ ਹੈ ਉਹਦੀਆਂ ਸਮੇਂ ਸਮੇਂ 'ਤੇ ਨਿਸ਼ਚਿਤ ਅਨੁਪਾਤ ਦੇ ਵਿੱਚ ਸਪਰੇਹਾਂ ਕਰਦੇ ਰਹਿਣਾ ਅਤੇ ਇਹਦੇ ਇਲਾਵਾ ਤੁਹਾਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ। ਇਹ ਤੁਸੀਂ ਦੇਖ ਰਹੇ ਹੋ ਪੂਰੇ ਪਲੋਟ ਦੇ ਵਿੱਚ ਕਿਤੇ ਵੀ ਇੱਕ ਵੀ ਨਦੀਨ ਇਸ ਆਲੂਆਂ ਦੇ ਪਲੋਟ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਅਤੇ ਉਹਦਾ ਰੀਜ਼ਨ ਆ ਪਰਾਲੀ ਅਤੇ ਪਰਾਲੀ ਕਰਕੇ ਜ਼ਮੀਨ ਰਹੇਗੀ ਪੋਲੀ ਅਤੇ ਪਾਣੀ ਇੱਕ ਹੀ ਲੱਗਣਾ ਜਿਹੜਾ ਪਰਾਲੀ ਪਾਉਣ ਤੋਂ ਬਾਅਦ ਲਾਇਆ, ਨਦੀਨ ਹੋਣਾ ਨਹੀਂ, ਪਾਣੀ ਹੋਰ ਲਾਉਣਾ ਨਹੀਂ ਅਤੇ ਦੇਖਭਾਲ ਕੋਈ ਬਹੁਤੀ ਕਰਨੀ ਨਹੀਂ, ਸਿਰਫ ਉਹ ਗਰੋਥ ਪ੍ਰਮੋਟਰਾਂ ਦੀਆਂ ਲੋੜ ਪੈਣ 'ਤੇ ਸਪਰੇਹਾਂ ਕਰਨੀਆਂ ਅਤੇ ਇਸ ਤਰੀਕੇ ਨਾਲ ਤੁਹਾਨੂੰ ਬਿਨਾਂ ਬਹੁਤੀ ਮੁਸ਼ਕਤ ਕੀਤਿਆਂ ਕੁਦਰਤੀ ਖੇਤੀ ਤਹਿਤ ਪੈਦਾ ਹੋਏ ਜ਼ਹਿਰ ਮੁਕਤ ਜੇ ਕਹਾਂ ਤਾਂ ਅੰਮ੍ਰਿਤਮਈ ਆਲੂ ਆਪਣੇ ਪਰਿਵਾਰ ਦੀ ਲੋੜ ਵਾਸਤੇ ਉਪਲਬਧ ਹੋ ਜਾਣਗੇ। ਹੁਣ ਕਿਸੇ ਪਰਿਵਾਰ ਨੂੰ 2 ਮਰਲਿਆਂ ਦੇ ਆਲੂਆਂ ਨਾਲ ਸਰਜੇਗਾ, ਕਿਸੇ ਨੂੰ 4 ਮਰਲਿਆਂ ਦੇ ਆਲੂਆਂ ਨਾਲ ਸਰਜੇਗਾ, ਕਿਸੇ ਨੂੰ 10 ਮਰਲੇ ਆਲੂਆਂ ਦੇ ਚਾਹੀਦੇ ਹੋਣਗੇ ਅਤੇ ਕਿਸੇ ਨੂੰ 20 ਮਰਲਿਆਂ ਦੇ ਆਲੂ ਚਾਹੀਦੇ ਹੋਣਗੇ। ਸੋ ਜਿੰਨੀ ਤੁਹਾਡੀ ਲੋੜ ਆ ਉਨੇ ਆਲੂ ਇਸ ਤਰੀਕੇ ਨਾਲ ਤੁਸੀਂ ਬਹੁਤ ਆਸਾਨੀ ਨਾਲ ਉਗਾ ਸਕਦੇ ਹੋ ਅਤੇ ਉਗਾਉਣੇ ਇਸ ਲਈ ਵੀ ਲਾਜ਼ਮੀ ਹੈ ਕਿਉਂਕਿ ਅਸੀਂ ਸਭ ਤੋਂ ਵੱਧ ਜ਼ਹਿਰ ਸਬਜ਼ੀਆਂ ਦੇ ਵਿੱਚ ਜੇ ਕਿਸੇ ਚੀਜ਼ ਰਾਹੀਂ ਖਾਂਦੇ ਹਾਂ ਤਾਂ ਉਸ ਚੀਜ਼ ਦਾ ਨਾਂ ਹੈਗਾ ਆਲੂ। ਅਤੇ ਤੁਸੀਂ ਸਾਰੇ ਜਾਣਦੇ ਹੋ ਕਿ ਆਲੂਆਂ ਦੇ ਵਿੱਚ ਜਦੋਂ ਆਲੂਆਂ ਦੀ ਖੇਤੀ ਹੁੰਦੀ ਹੈ ਤਾਂ ਖੇਤ ਦੇ ਵਿੱਚ 15-17 ਗੱਟੇ ਰੇਹ ਦੇ ਖੋਲ੍ਹ ਦਿੱਤੇ ਜਾਂਦੇ ਆ ਰਲਾ ਮਿਲਾ ਕੇ ਅਤੇ ਇਹਦੇ ਇਲਾਵਾ ਉਹਦੇ ਉੱਤੇ ਕਈ ਸਪਰੇਹਾਂ ਵੀ ਹੁੰਦੀਆਂ ਫੰਗੀਸਾਈਡ ਦੀਆਂ, ਉੱਲੀ ਨਾਸ਼ਕ ਜ਼ਹਿਰਾਂ ਦੀਆਂ। ਅਤੇ ਇਹਦਾ ਮਤਲਬ ਉਹ ਆਲੂ ਨਹੀਂ ਹੁੰਦਾ, ਉਹਨੂੰ ਆਲੂ ਕਹਿਣਾ ਗਲਤ ਹੈ, ਉਹਨੂੰ ਜ਼ਹਿਰ ਦਾ ਗੋਲਾ ਕਿਹਾ ਜਾਵੇ ਤਾਂ ਉਹ ਕਿਤੇ ਵੱਧ ਸਹੀ ਹੈ। ਸੋ ਹੁਣ ਤੁਸੀਂ ਫੈਸਲਾ ਕਰਨਾ ਕਿ ਤੁਸੀਂ ਆਲੂਆਂ ਦੇ ਰੂਪ 'ਚ ਜ਼ਹਿਰ ਦੇ ਗੋਲੇ ਖਾਣੇ ਹੈ ਕਿ ਇਸ ਤਰੀਕੇ ਨਾਲ ਪੈਦਾ ਹੋਏ ਕੁਦਰਤੀ ਖੇਤੀ ਵਾਲੇ ਜ਼ਹਿਰ ਮੁਕਤ ਅੰਮ੍ਰਿਤਮਈ ਆਲੂ ਖਾਣੇ ਹੈ। ਅਤੇ ਇਹ ਜਿਹੜਾ ਪਲੋਟ ਆ ਸਾਡਾ ਜਿਹੜਾ ਕੁਦਰਤੀ ਖੇਤੀ ਫਾਰਮ ਹੈ ਪਿੰਡ ਚੈਣਾ ਜ਼ਿਲ੍ਹਾ ਫਰੀਦਕੋਟ ਵਿਖੇ ਸਥਿਤ, ਉੱਥੇ ਲੱਗਿਆ ਹੋਇਆ। ਅਤੇ ਇਹਦੇ ਨਾਲ ਦਾ ਇੱਕ ਟਰਾਇਲ ਜਿਹੜਾ ਹੈਗਾ ਮੇਰਾ ਖਿਆਲ 2 ਕਨਾਲਾਂ ਥਾਂ ਦੇ ਵਿੱਚ ਖਡੂਰ ਸਾਹਿਬ ਵੀ ਲੱਗਿਆ ਹੋਇਆ ਅਤੇ ਤੁਸੀਂ ਜਿੱਥੇ ਤੁਹਾਨੂੰ ਨੇੜੇ ਹੈਗਾ ਆ ਕੇ ਦੇਖ ਵੀ ਸਕਦੇ ਹੋ। ਅਤੇ ਹੁਣ ਮਹੀਨਾ ਚੱਲ ਰਿਹਾ ਦਸੰਬਰ ਦਾ ਅਤੇ ਤੁਸੀਂ ਹੁਣ ਵੀ ਇਹ ਆਲੂ ਇਸ ਤਰੀਕੇ ਨਾਲ ਲਾ ਸਕਦੇ ਹੋ, ਹੁਣ ਵੀ ਲਾਏ ਹੋਏ ਆਲੂ ਤੁਹਾਡੇ ਪੱਲੇ ਕੁਝ ਨਾ ਕੁਝ ਪੈ ਜਾਣਗੇ, ਇਸ ਗੱਲ ਦੀ ਆਪਣੀ ਗਰੰਟੀ ਹੈ। ਸੋ
इस वीडियो नू वध तों वध शेयर करियो, चैनल नू सबसक्राइब करना ना भुल्यो। जिहड़े किसान नवे जुड़े आ उन्हां नू बेनती है कि चैनल नू सबसक्राइब कर लो ते नाल दी नाल इस चैनल तों अपलोड होण वालियां वीडियो दी अपडेट तुहानू मिलदी रहे उहदे लई बैल आईकॉन ते क्लिक करना ना भुल्यो। तुहाडा सारिआं दा बहुत बहुत शुक्रिया, इन्ना समां दित्ता, सति श्री अकाल।